ਆਹ ਲੈ ਹੁਣ ਗਿਫਟ, ਤੇਰਾ ਜਿਹੜਾ ਮੋਟਰਸਾਈਕਲ ਹੈ ਇਹ ਅਸੀਂ ਬੰਦ ਕਰ ਦਿੱਤਾ, ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਅਤੇ ਦੂਸਰਿਆਂ ਨੂੰ ਵੀ ਦੱਸੀ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ। ਮੋਟਰਸਾਈਕਲ ਦੋ ਸੀਗੇ, ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬੜੇ ਬੜੇ ਕੰਨ ਜੇ ਲੱਗੇ, ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ, ਸ਼ਹਿਰ ਦਾ ਜਿਹੜਾ ਮਾਹੌਲ ਹੈ ਉਹ ਇਹਨਾਂ ਨੇ ਖਰਾਬ ਕੀਤਾ। ਇਹ ਤੱਕ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦੇ ਪਿੱਛੇ ਵੀ ਆਪਾਂ ਪਏ ਛੱਡਣਾ, ਉਹ ਵੀ ਨਹੀਂ ਗਾ। ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇੱਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਦੀ ਜਿਹੜੀ ਨਿਗਾਹ ਆ ਉਹ ਬਚੋਗੇ? ਠੀਕ ਹੈ, ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ, ਉਹ ਜਦੋਂ ਵੀ ਇਹੋ ਜਿਹੀ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੀ ਸਾਨੂੰ ਪਾਉਂਦੀ, ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ। ਠੀਕ ਹੈ, ਅਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਉਹਦੇ ਉੱਪਰ ਪਹਿਚਾਣ ਤਾਂ ਨਹੀਂ ਸੀਗੀ, ਠੀਕ ਹੈ ਕਿ ਨਹੀਂ? ਆਹ ਲੈ ਹੁਣ ਗਿਫਟ, ਤੇਰਾ ਜਿਹੜਾ ਮੋਟਰਸਾਈਕਲ ਹੈ ਇਹ ਅਸੀਂ ਬੰਦ ਕਰ ਦਿੱਤਾ, ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਅਤੇ ਦੂਸਰਿਆਂ ਨੂੰ ਵੀ ਦੱਸੀ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ, ਆਪਣੀ ਜਾਨ ਖਤਰੇ 'ਚ ਪਾਈ, ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਹੈ। ਜਿਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਹਾਂ ਕਿਉਂਕਿ ਤੇਰਾ ਐਡਰੈਸ ਆ ਰਿਹਾ ਅੰਮ੍ਰਿਤਸਰ ਦਾ, ਤੈਨੂੰ ਇਹ ਪਤਾ ਮੈਂ ਕੱਲ੍ਹ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ, ਮੈਂ ਸਵੇਰੇ SHO ਬੀ ਡਿਵੀਜ਼ਨ ਅੰਮ੍ਰਿਤਸਰ SHO ਡੀ ਡਿਵੀਜ਼ਨ ਅੰਮ੍ਰਿਤਸਰ ਨੂੰ ਕਰਕੇ ਦੱਸਿਆ ਇਹ 'ਚ ਤੇਰਾ ਐਡਰੈਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨ ਤਰਨ ਰੋਡ ਅੰਮ੍ਰਿਤਸਰ ਹਾਊਸ ਨੰਬਰ 82। ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਵੀ ਸਾਨੂੰ ਉੱਥੋਂ, ਪਰ ਹੁਣ ਗਸਤ ਦੌਰਾਨ ਤੇਰਾ ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ। ਆਹ ਲੈ ਪੁੱਤ ਮੋਟਰਸਾਈਕਲ ਤੇਰਾ ਕਰ ਦਿੱਤਾ ਬੰਦ, ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਅਤੇ ਮੋਟਰਸਾਈਕਲ ਤੈਨੂੰ ਮਿਲ ਜੂਗਾ, ਅਤੇ ਨਹੀਂ ਤਾਂ ਪੋਤੇ ਪੁਲਿਸ ਪ੍ਰੋਪਰਟੀ ਬਣ ਗਈ। ਉਹ ਕਿਹੜਾ ਛੱਡਣਾ ਸੀ? ਉਹ ਵੀ ਨਹੀਂ ਛੱਡਣਾ, ਉਹ ਤਾਂ ਐਡਰੈਸ ਸਾਨੂੰ ਲੱਗ ਗਿਆ ਪਤਾ ਵੀ ਉਹ ਬੰਦਾ ਕੌਣ ਹੈ ਅਤੇ ਕੌਣ। ਠੀਕ ਹੈ, ਭੱਜੋ ਕਿੱਧਰ ਭੱਜਦੇ ਤੁਸੀਂ ਪੁੱਤ, ਮਾਰੋ ਸਟੰਟ। ਆ ਚੱਕ ਕਾਕਾ ਆਪਣਾ ਗਿਫਟ, ਇਹਨੂੰ ਲੈਮੀਨੇਸ਼ਨ ਕਰਾ ਕੇ ਫਰੇਮ ਦੇ ਵਿੱਚ ਜੜਾ ਲਈ ਕਿਉਂਕਿ ਅਸੀਂ ਤੇਰਾ ਮੋਟਰਸਾਈਕਲ ਹੁਣ ਬੰਦ ਕਰ ਦਿੱਤਾ। ਦਰਅਸਲ ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਸੜਕ 'ਤੇ ਕੁਝ ਨੌਜਵਾਨ ਮੋਟਰਸਾਈਕਲ 'ਤੇ ਬੈਠ ਕੇ ਸਟੰਟ ਕਰ ਰਹੇ ਸੀ ਤਾਂ ਉਹਨਾਂ ਨੇ ਹੈਲਮਟ ਵੀ ਵੱਡੇ ਵੱਡੇ ਕੰਨਾਂ ਵਾਲੇ ਪਾਏ ਹੋਏ ਸੀ ਜਿਵੇਂ ਰੈਟ ਵਾਲੇ ਹੈਲਮਟ ਪਾਏ ਹੋਏ ਸੀ, ਤਾਂ ਜਦੋਂ ਸਟੰਟ ਕਰ ਰਹੇ ਸੀ ਤਾਂ ਉਹ ਧਾਕੜ ਪੁਲਿਸ ਅਫਸਰ ਸੁਭਾਸ਼ ਭਗਤ ਦੇ ਹੱਥ ਚੜ ਗਏ ਜਿਸ ਨੇ ਕਾਰਵਾਈ ਕਰਦੇ ਹੋਏ ਉਹਨਾਂ ਦਾ ਮੋਟਰਸਾਈਕਲ ਬੰਦ ਕਰ ਦਿੱਤਾ ਅਤੇ ਕਿਹਾ ਕਿ ਆਹ ਆਪਣਾ ਗਿਫਟ ਲੈ ਲਾ ਅਤੇ ਇਹਨੂੰ ਲੈਮੀਨੇਸ਼ਨ ਕਰਾ ਕੇ ਫਰੇਮ ਦੇ ਵਿੱਚ ਜੜਾ ਲਈ ਅਤੇ ਆਪਣੇ ਅੱਗੇ ਜਾ ਕੇ ਦੋਸਤਾਂ ਨੂੰ ਵੀ ਦਿਖਾਈ ਕਿ ਹੁੱਲੜਬਾਜ਼ੀ ਕਰਨ ਤੋਂ ਪਹਿਲਾਂ ਉਹ ਸੋਚ ਕੇ ਹੁਸ਼ਿਆਰਪੁਰ ਆਉਣ। ਇਹ ਬ੍ਰਦਰ ਮਸਲਾ ਇਹ ਸੀਗਾ ਵੀ ਅੱਜ ਤੋਂ 3 ਕੁ ਦਿਨ ਪਹਿਲਾਂ ਨਾ ਇਹ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਸੀਗਾ ਕਿ ਦੋ ਲੜਕਿਆਂ ਨੇ ਜਿਹੜੇ ਰੰਗ ਬਿਰੰਗੇ ਜਿਹੜੇ ਹੈਲਮਟ ਵੱਡੇ ਬਣਾ ਕੇ ਉਹਦੇ ਉੱਪਰ ਵੱਡੇ ਵੱਡੇ ਉਹਨਾਂ ਨੇ ਟੋਏ ਟੈਪ ਜਦੋਂ ਕੰਨ ਜਿਹੇ ਹੁੰਦੇ ਆ ਉਹ ਲਾਏ ਸੀਗੇ, ਉਹ ਲਾ ਕੇ ਘੁੰਮ ਰਹੇ ਸੀ ਅਤੇ ਵਿੱਚ ਉਹ ਸਟੰਟ ਮਾਰਦੇ ਸੀਗੇ, ਔਰ ਉਹ ਜਿੱਥੇ ਘੁੰਮਾ ਰਹੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਲੰਘ ਰਹੇ ਸੀ ਉਹਦੇ ਉੱਪਰੋਂ। ਇਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੇ ਵਿੱਚ ਚੱਲੀ ਆ, ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ। ਉੱਥੋਂ ਸਾਨੂੰ ਜਦੋਂ ਸੋਸ਼ਲ ਮੀਡੀਆ ਦੀ ਇਨਫੋਰਮੇਸ਼ਨ ਮਿਲੀ ਹੈ, ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੈੱਲ ਹੈ ਉਹਦੇ ਉੱਪਰ ਜਿਹੜੇ ਮੁਲਾਜ਼ਮ ਲੱਗੇ ਆ ਬੜੇ ਤੇਜ਼ ਤਰਾਟ ਮੁਲਾਜ਼ਮ ਆ, ਉਹ ਹਰ ਟਾਈਮ ਉੱਤੇ ਬਾਜ ਵਾਲੀ ਨਿਗਾਹ ਰੱਖਦੇ ਆ। ਉਹਨਾਂ ਨੇ ਸਾਨੂੰ ਪਾਈ ਵੀ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜੋ ਅਤੇ ਇਹਨਾਂ 'ਤੇ ਜੋ ਕਾਨੂੰਨੀ ਕਾਰਵਾਈ ਕਰੋ। ਉਹਦੇ ਲਿਹਾਜ਼ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਆ, ਇੱਕ ਤਾਂ ਅੰਮ੍ਰਿਤਸਰ ਦਾ ਨਿਕਲਿਆ, ਉਹ ਸੀਗਾ ਅੰਮ੍ਰਿਤਸਰ ਜਿਹੜਾ ਹੈਗਾ ਤਰਨ ਤਰਨ ਰੋਡ,
ਤੇ ਉਦੋਂ ਫਿਰ ਉਹਦੇ ਸੰਬੰਧ 'ਚ ਮੈਂ ਅੰਮ੍ਰਿਤਸਰ ਵੀ ਫੋਨ ਕੀਤਾ SHO ਬੀ ਡਿਵੀਜ਼ਨ, SHO ਡੀ ਡਿਵੀਜ਼ਨ ਜੀ ਨੂੰ। ਉਹਨਾਂ ਨੇ ਕਿਹਾ ਜੀ ਵਾਕਈ ਕੋਈ ਨਹੀਂ, ਆਪਾਂ ਦੇਖਦੇ ਹਾਂ ਵੀ ਜੇ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਅਤੇ ਆਪਾਂ ਉੱਥੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ, ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ। ਪਰ ਇਨ ਬਿਟਵੀਨ ਜਿਹੜੇ ਆਪਾਂ ਘੁੰਮ ਰਹੇ ਸੀਗੇ ਬੱਸ ਸਟੈਂਡ ਰੋਡ ਇੱਧਰ ਸਿਵਲ ਹੋਸਪਿਟਲ ਰੋਡ 'ਤੇ, ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ। ਜਿਹਨੂੰ ਕਾਗਜ਼ ਪੱਤਰ ਪੁੱਛੇ ਇਹ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ, ਅਸੀਂ ਮੌਕੇ 'ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੱਤਾ। ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਹੈ, ਮੋਟਰਸਾਈਕਲ ਇਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ, ਇਹ ਕਹਿ ਰਹੇ ਸੀ ਮੈਂ ਨਹੀਂ ਲੈ ਕੇ ਆਇਆ ਜੀ, ਕੋਈ ਹੋਰ ਲੈ ਕੇ ਆਇਆ ਸੀਗਾ, ਮੋਟਰਸਾਈਕਲ ਇਹੀ ਚਲਾ ਰਿਹਾ ਸੀਗਾ। ਬਿਲਕੁਲ ਜੀ ਬਿਲਕੁਲ, ਇਹਨੂੰ ਬੰਦ ਕਰ ਦਿੱਤਾ, ਇਹਨੂੰ ਕਿਹਾ ਵੀ ਇਹਦਾ ਚਲਾਣ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ, ਆਪਣਾ ਮੋਟਰਸਾਈਕਲ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਲਿਜਾ ਸਕਦਾ। ਕਿੰਨਾ ਚਲਾਣ ਕੱਟਿਆ ਗਿਆ? ਇਹਦਾ ਚਲਾਣ ਤਾਂ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ, ਇਹ ਹੁਣ ਮੌਕੇ 'ਤੇ ਜਾ ਕੇ ਆਪਣੇ ਕਾਗਜ਼ ਲੈ ਕੇ ਜਾਊਗਾ DTO ਆਫਿਸ, ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪਣੇ ਫਾਈਨ ਨੂੰ ਪਾਉਣਗੇ। ਇਹਨਾਂ ਨੇ ਜਿਹੜੀ ਕਰਤੂਤ ਕੀਤੀ ਸ਼ਹਿਰ ਦੇ ਵਿੱਚ, ਇਹਨਾਂ ਨੇ ਇਸ ਮੋਟਰਸਾਈਕਲ 2 ਸੀਗੇ, ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬੜੇ ਬੜੇ ਕੰਨ ਜੇ ਲੱਗੇ, ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ, ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ। ਇਹ ਤੱਕ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਏ ਛੱਡਣਾ, ਉਹ ਵੀ ਨਹੀਂ ਗਾ, ਠੀਕ ਹੈ ਕਿ ਨਹੀਂ? ਇਸ ਕਰਕੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਮੈਂ ਨਹੀਂ ਸੀ, ਤੁਸੀਂ ਨਹੀਂ ਸੀਗੇ, ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ? ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ? ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇੱਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਦੀ ਜਿਹੜੀ ਨਿਗਾਹ ਆ ਉਹ ਬਚੋਗੇ? ਠੀਕ ਹੈ, ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹੈ ਹਰ ਟਾਈਮ ਹੀ, ਉਹ ਜਦੋਂ ਵੀ ਇਹੋ ਜਿਹੀ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੀ ਸਾਨੂੰ ਆਉਂਦੀ, ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ, ਠੀਕ ਹੈ? ਅਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ, ਹੁਣ ਉਹਦੇ ਉੱਪਰ ਪਹਿਚਾਣ ਤਾਂ ਨਹੀਂ ਸੀਗੀ, ਠੀਕ ਹੈ ਕਿ ਨਹੀਂ? ਆਹ ਲੈ ਹੁਣ ਗਿਫਟ, ਤੇਰਾ ਜਿਹੜਾ ਮੋਟਰਸਾਈਕਲ ਹੈ ਇਹ ਅਸੀਂ ਬੰਦ ਕਰ ਦਿੱਤਾ, ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਅਤੇ ਦੂਸਰਿਆਂ ਨੂੰ ਵੀ ਦੱਸੀ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ, ਆਪਣੀ ਜਾਨ ਖਤਰੇ 'ਚ ਪਾਈ, ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਹੈ, ਜਿਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਹਾਂ ਕਿਉਂਕਿ ਤੇਰਾ ਐਡਰੈਸ ਆ ਰਿਹਾ ਅੰਮ੍ਰਿਤਸਰ ਦਾ, ਤੈਨੂੰ ਇਹ ਪਤਾ ਮੈਂ ਕੱਲ੍ਹ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ, ਮੈਂ ਸਵੇਰੇ SHO ਬੀ ਡਿਵੀਜ਼ਨ ਅੰਮ੍ਰਿਤਸਰ SHO ਡੀ ਡਿਵੀਜ਼ਨ ਅੰਮ੍ਰਿਤਸਰ ਨੂੰ ਕਰਕੇ ਦੱਸਿਆ ਇਹ 'ਚ ਤੇਰਾ ਐਡਰੈਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨ ਤਰਨ ਰੋਡ ਅੰਮ੍ਰਿਤਸਰ ਹਾਊਸ ਨੰਬਰ 82, ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਵੀ ਸਾਨੂੰ ਉੱਥੋਂ, ਪਰ ਹੁਣ ਗਸਤ ਦੌਰਾਨ ਤੇਰਾ ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ। ਆਹ ਲੈ ਪੁੱਤ ਮੋਟਰਸਾਈਕਲ ਤੇਰਾ ਕਰ ਦਿੱਤਾ ਬੰਦ, ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਅਤੇ ਮੋਟਰਸਾਈਕਲ ਤੈਨੂੰ ਮਿਲ ਜੂਗਾ, ਅਤੇ ਨਹੀਂ ਤਾਂ ਪੋਤੇ ਪੁਲਿਸ ਪ੍ਰੋਪਰਟੀ ਬਣ ਗਈ। ਉਹ ਕਿਹੜਾ ਛੱਡਣਾ ਸੀ? ਉਹ ਵੀ ਨਹੀਂ ਛੱਡਣਾ, ਉਹ ਤਾਂ ਐਡਰੈਸ ਸਾਨੂੰ ਲੱਗ ਗਿਆ ਪਤਾ ਵੀ ਉਹ ਬੰਦਾ ਕੌਣ ਹੈ ਅਤੇ ਕੌਣ, ਠੀਕ ਹੈ? ਭੱਜੋ ਕਿੱਧਰ ਭੱਜਦੇ ਤੁਸੀਂ ਪੁੱਤ, ਮਾਰੋ ਸਟੰਟ, ਤਾਂ ਸਾਰੀ ਜ਼ਿੰਦਗੀ ਪਤਾ ਲੱਗ ਜੂਗਾ ਵੀ ਕਿੱਦਾਂ ਸਟੰਟ ਮਾਰੀ ਦਾ। ਤੁਹਾਨੂੰ ਪੁੱਤ ਪੁੱਤ ਕਰਕੇ ਸਮਝਾਈਦਾ ਕਿ ਬੇਟਾ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਕਰਨਾ, ਤੈਨੂੰ ਮਹਿਸੂਸ ਹੋ ਰਿਹਾ ਤੇਰੀ ਗਲਤੀ ਹੈ, ਹੈ ਜਾਓ।
ਕੀ ਨਾਮ ਕਾਕਾ ਤੇਰਾ? ਇਹਨੂੰ ਕਾਕਾ ਇਹਨੂੰ ਆਰਾਮ ਨਾਲ ਚਲਾ ਕੇ ਪੁਲਿਸ ਲੈਣ ਚ ਲੈ। ਇਹਨੂੰ ਪੁਲਿਸ ਲੈਣ ਜਾ ਕੇ ਬੰਦ ਕਰਾ ਦਿਓ, ਹੌਲੀ ਹੌਲੀ ਲੈ ਜਾਇਓ, ਕੱਟ ਹੁਣ ਲੈ ਜਾਂਗੇ, ਆਰਾਮ ਨਾਲ ਖਾ। ਮੈਂ ਵੀ ਆਇਆ ਪੁਲਿਸ ਲੈਣ। ਇੰਨਾ ਨੰਬਰ ਪਲੇਟ ਵਿੱਚ ਕਿਉਂ ਰੱਖੀ ਹੈ? ਟੁੱਟ ਗਈ ਸੀ ਜੀ। ਟੁੱਟ ਗਈ ਸੀ ਅਤੇ ਨਵੀਂ ਲਵਾਓ ਕੱਖ? ਹਾਂਜੀ ਹਾਂਜੀ ਲਵਾਉਣੀ ਸੀ। ਤੈਨੂੰ ਇਹ ਪਤਾ ਇਹ ਜਿਸ ਬੰਦੇ ਦਾ ਡਰੈਸ ਜਦ ਸਾਡੇ ਪੁਲਿਸ ਦੇ ਸਿਸਟਮ ਵਿੱਚ ਆਇਆ ਅੰਮ੍ਰਿਤਸਰ, ਮੈਂ ਅੰਮ੍ਰਿਤਸਰ ਵੀ ਪੁਲਿਸ ਟੀਮ ਭੇਜੀ ਆਪਣੀ। ਇਹ ਮਤ ਕਰੋ ਕਿ ਤੁਸੀਂ ਹੁਸ਼ਿਆਰਪੁਰ ਵਿੱਚ ਸਟੰਟ ਮਾਰ ਜੂਗਾ ਕੋਈ ਦੂਸਰੇ ਜ਼ਿਲ੍ਹੇ ਦਾ ਬੰਦਾ ਵੀ ਅਤੇ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ। ਅਸੀਂ ਅੰਮ੍ਰਿਤਸਰ ਵੀ ਜਾਣਾ ਉਹਦੇ ਘਰ, ਇਹ ਕਿਹਦਾ? ਪਰ ਤੂੰ ਲੱਕੀ ਲਈ ਤੂੰ ਸਾਨੂੰ ਮਿਲ ਗਿਆ ਇੱਥੇ ਹੀ।